Z5 ऐप डाउनलोड करो ते देखो पूरे एपिसोड बिल्कुल फ्री। तेनु पता है यार बॉबी? हां नहीं। ओ यार कीरत भी मेनू प्यार कर दी है यार। हां है पता है पता है। बस उना अपने प्यार दा इजहार नहीं कर दी यार। हां बॉबी यार कुछ इदां दा नहीं हो सकदा। कीरत मेनू अपने प्यार दा इजहार करे यार। बॉबी कुछ कर यार। कुछ कर। हाँ करता मैं करता। ओ सुनता यार फिर क्यों है ये भाभी प्यार दा इजहार नहीं करती है? तू ऐदा कर उना उना नु प्रपोज कर दे यार। ओहो भरावा की गल करती यार। ओ यार मैं सारे परिवार दे सामने उदी मंगनी रोक के अपने प्यार दा इजहार कर चुके हैं। विदे कर चुके हैं बस ओदे जवाब दा इंतजार है यार। वाह साडे शेर जे कोई इश्क करे ता तेरे वांगू नहीं ता कोई फायदा नहीं। थैंक यू विले। मैं तेनु एक सलाह देनी चाहूंगा। तो मैं माफ करी मैं पहला नहीं देती आई अपोलोजाइज। ओके ओके पर तेनु किरत तो जवाब चाहिए है ना। बस बस तो किरत दे सामने जाके अखा च अखा पा के ओनू अपने दिल दी गल कह दे। ओए यार ओ तुसी यार इन्नी सियाणियां गल्लां किवें करदे हो यार। क्लैप क्लैप फॉर एवरीवन। बस क्लैप हुण मैं सीधा जाके किरत दी अखा च अखा पा के अपने प्यार दा जवाब मंग लेना है। जवाब मंग ले। जवाब मंग ले। और मेरा ओ मेरे मेरा वज्र है। मेरा वज्र है। मॉम दा फोन है कोई बोलेगा नहीं। हेलो हाँ जी मॉम। सरताज पुत्र किथे है? इतनी रात हो गई है हाय तक घर क्यों नहीं आया? ओ मॉम मैं दोस्तां नाल सीगा। तुसी फिकर ना करो तुसी सो जाओ। तू करो बाहर होए ते मेनू नींद आ सकती है। तू जल्दी ना घर आ। इतनी रात तू किथे फिर रहे है? हाँ जी मॉम मैं बस हुणे आया। ਪ੍ਰਭਜੋਤ ਕਿੱਥੇ ਤੇਰਾ ਲਾਡਲਾ? ਉਹ ਬਸ ਆਂਦਾ ਹੀ ਹੋਏਗਾ। ਆਪਣੇ ਦੋਸਤਾਂ ਨਾਲ ਗਿਆ ਹੋਇਆ ਸੀ। ਰਾਤ ਬਹੁਤ ਹੋ ਚੁੱਕੀ ਹੈ ਤੁਸੀਂ ਸੋ ਜਾਓ। ਉਹ ਘਰ ਆਏਗਾ ਨਾ ਮੈਂ ਆਪੇ ਉਹਦੇ ਨਾਲ ਗੱਲ ਕਰ ਲਵਾਂਗੀ। ਸਰਤਾਜ ਦਿਨੋਂ ਦਿਨ ਵਿਗੜਦਾ ਜਾ ਰਿਹਾ। ਇੱਕ ਚੰਗੀ ਗੱਲ ਹੈ ਇੰਨੀ ਰਾਤ ਤੱਕ ਆਪਣੇ ਦੋਸਤਾਂ ਦੇ ਨਾਲ ਘੁੰਮਣਾ। ਉਹਨੂੰ ਸਮਝਾ ਦੀ ਕਿ ਸ਼ਰੀਫ ਘਰਾਂ ਦੇ ਮੁੰਡੇ ਇੰਨੀ ਰਾਤ ਤੱਕ ਬਾਹਰ ਘੁੰਮਦੇ ਚੰਗੇ ਨਹੀਂ ਲੱਗਦੇ। ਲੈ ਤੁਸੀਂ ਮੇਰੇ ਪੁੱਤਰ ਬਾਰੇ ਐਵੇਂ ਕਿੱਦਾਂ ਬੋਲ ਰਹੇ ਹੋ? ਇਹੀ ਤਾਂ ਉਮਰ ਹੈ ਉਹਦੀ ਘੁੰਮਣ ਫਿਰਨ ਦੀ। ਨਾਲੇ ਵੈਸੇ ਵੀ ਹਜੇ ਉਹਦੀ ਮੰਗਣੀ ਟੁੱਟੀ ਹੈ। ਉਹਨੂੰ ਤਾਂ ਦੁੱਖ ਹੋਇਆ ਹੋਏਗਾ ਨਾ। ਨਾਲੇ ਆਪਣੀ ਫੀਲਿੰਗਸ ਆਪਣੇ ਦੋਸਤਾਂ ਨਾਲ ਸ਼ੇਅਰ ਨਹੀਂ ਕਰੇਗਾ ਤੇ ਹੋਰ ਕਿਤਨਾ ਕਰੇਗਾ? ਕਿਉਂ ਭੋਲੀਆਂ ਗੱਲਾਂ ਕਰਦੀ ਪ੍ਰਭਜੋਤ? ਤੂੰ ਤਾਂ ਇੱਦਾਂ ਗੱਲ ਕਰ ਰਹੀ ਜਿਵੇਂ ਆਪਣੇ ਮੁੰਡੇ ਨੂੰ ਜਾਣਦੀ ਨਹੀਂ। ਸਰਤਾਜ ਮੰਗਣੀ ਰੁਕਣ ਤੇ ਦੁਖੀ ਨਹੀਂ, ਖੁਸ਼ ਹੋ ਰਿਹਾ। ਕਾਹ ਪਾਰਟੀ ਕਰ ਰਿਹਾ ਹੋਣਾ? ਤੁਸੀਂ ਮੇਰੇ ਪੁੱਤਰ ਬਾਰੇ ਇੱਦਾਂ ਕਿੱਦਾਂ ਬੋਲ ਸਕਦੇ ਹੋ? ਮੈਂ ਉਹਨੂੰ ਚੰਗੀ ਤਰ੍ਹਾਂ ਜਾਣਦੀ ਹਾਂ। ਮੈਨੂੰ ਪੂਰਾ ਭਰੋਸਾ ਉਹ ਤੇ। ਉਹ ਕੁਛ ਵੀ ਗਲਤ ਨਹੀਂ ਕਰ ਸਕਦਾ। ਫਿਰ ਉਹ ਮੇਰੇ ਨਾਲ ਇੱਦਾਂ ਪੇਸ਼ ਕਿਉਂ ਆਉਂਦਾ? ਕੀ ਹੋਇਆ ਅਰਸ਼ਪ੍ਰੀਤ, ਸਰਤਾਜ ਨੇ ਕੁਝ ਕਿਹਾ ਤੈਨੂੰ? ਨਹੀਂ ਅੰਕਲ ਜੀ, ਸਰਤਾਜ ਨੂੰ ਮੈਨੂੰ ਕੁਝ ਕਹਿਣ ਦੀ ਲੋੜ ਹੀ ਨਹੀਂ ਪੈਂਦੀ। ਉਹਦੀਆਂ ਹਰਕਤਾਂ ਹੀ ਕਾਫੀ ਨੇ ਮੈਨੂੰ ਹਰਟ ਕਰਨ ਲਈ। ਹੁਣ ਕੀ ਹੋਇਆ ਅਰਸ਼ਪ੍ਰੀਤ? ਮੈਨੂੰ ਨਹੀਂ ਲੱਗਦਾ ਕਿ ਮੇਰੇ ਨਾਲ ਇਸ ਤੋਂ ਵੱਧ ਵੀ ਕੁਝ ਬੁਰਾ ਹੋ ਸਕਦਾ। ਪਹਿਲਾਂ ਮੇਰੀ ਮੰਗਣੀ ਰੁਕ ਗਈ ਤੇ ਹੁਣ ਮੈਨੂੰ ਪਤਾ ਲੱਗ ਰਿਹਾ ਕਿ ਕਿਰਤ ਦੇ ਮੋਮਡੇ ਦਰਬਾਰ ਸਾਹਿਬ ਜਾ ਰਹੇ ਨੇ।
ਇਹ ਮੰਗਣੀ ਟੁੱਟਣ ਦੀ ਖੁਸ਼ੀ ਵਿੱਚ। ਇਹਦੇ ਵਿੱਚ ਸਰਤਾਜ ਦੀ ਕੀ ਗਲਤੀ ਹੈ? ਅੰਕਲ ਜੀ, ਤੁਹਾਡੇ ਲਾਡਲੇ ਸਰਤਾਜ ਦੀ ਗਲਤੀ ਇਹ ਹੈ ਕਿ ਉਹਨੇ ਲਾਸਟ ਮੂਮੈਂਟ ਤੇ ਕਿਰੇ ਦੇ ਮਮ ਡੈਡ ਨੂੰ ਟਿਕਟ ਬੁੱਕ ਕਰਵਾ ਕੇ ਦਿੱਤੀ ਹੈ। ਪਰ ਇਹ ਤੈਨੂੰ ਕਿਵੇਂ ਪਤਾ ਲੱਗਿਆ ਅਸ਼ਪ੍ਰੀਤ? ਮੇਰੀ ਫਰੈਂਡ ਟਰੈਵਲਿੰਗ ਏਜੰਸੀ ਵਿੱਚ ਕੰਮ ਕਰਦੀ ਹੈ। ਸਰਤਾਜ ਉਹਦੇ ਕੋਲ ਗਿਆ ਸੀ ਟਿਕਟ ਲੈਣ ਲਈ। ਸਰਕਾਰੀ ਬੱਸ ਅਨਅਵੇਲੇਬਲ ਸੀ, ਇਸ ਲਈ ਉਹਨੇ ਪ੍ਰਾਈਵੇਟ ਬੱਸ ਦੀ ਟਿਕਟ ਦਿੱਤੀ ਆ। ਇਹ ਸਭ ਮੈਨੂੰ ਮੇਰੀ ਫਰੈਂਡ ਨੇ ਦੱਸਿਆ। ਇਹ ਸੱਚ ਹੈ ਕਿ ਮਨੀ ਤੇ ਗੁਰਮਨ ਦਰਬਾਰ ਸਾਹਿਬ ਗਏ ਨੇ? ਪਰ ਇਹ ਜ਼ਰੂਰੀ ਨਹੀਂ ਕਿ ਉਹ ਤੇਰੇ ਦੁੱਖ ਦੀ ਖੁਸ਼ੀ ਮਨਾਉਣ ਲਈ ਉੱਥੇ ਗਏ। ਦਰਸ਼ਨ ਕਰਨ ਵੀ ਤਾਂ ਜਾ ਸਕਦੇ ਨਾ। ਪਰ ਇਹ ਗੱਲ ਤੁਸੀਂ ਇਹਨੇ ਦਾਅਵੇ ਨਾਲ ਕਿੱਦਾਂ ਕਹਿ ਸਕਦੇ ਹੋ? ਉਹ ਮੈਨੂੰ ਰਸਤੇ ਦੇ ਵਿੱਚ ਮਿਲੇ ਸੀ, ਲਵਲੀ ਆਂਟੀ ਦੀ ਤਬੀਅਤ ਬਾਰੇ ਪੁੱਛ ਰਹੇ ਸੀ। ਉਦੋਂ ਉਹਨਾਂ ਨੇ ਮੈਨੂੰ ਦੱਸਿਆ ਕਿ ਉਹ ਦਰਸ਼ਨ ਕਰਨ ਦਰਬਾਰ ਸਾਹਿਬ ਜਾ ਰਹੇ। ਇਸ ਟਾਈਮ ਇਹ ਇੰਪੋਰਟੈਂਟ ਨਹੀਂ ਕਿ ਮੈਨੂੰ ਇਹ ਪਤਾ ਲੱਗਿਆ। ਜ਼ਰੂਰੀ ਇਹ ਹੈ ਕਿ ਇਹ ਗੱਲ ਦਿਮਾਗ ਦੇ ਵਿੱਚ ਸੋਚ ਸੋਚ ਕੇ ਬੋਝ ਨਹੀਂ ਪਾਉਣਾ ਚਾਹੀਦਾ। ਅਸ਼ਪ੍ਰੀਤ, ਤੂੰ ਫਿਕਰ ਨਾ ਕਰ, ਮੈਂ ਜਲਦੀ ਹੀ ਤੇਰੀ ਅਤੇ ਸਰਤਾਜ ਦੀ ਮੰਗਣੀ ਕਰਵਾ ਦੇਵਾਂਗਾ। ਸ਼ੰਮੀ ਜੀ ਬਿਲਕੁਲ ਠੀਕ ਕਹਿ ਰਹੇ ਹੈ। ਤੂੰ ਇਹ ਕਿਵੇਂ ਸੋਚ ਸਕਦੀ ਹੈ ਕਿ ਜੇ ਤੇਰੀ ਮੰਗਣੀ ਰੁਕ ਗਈ ਹੈ ਤੇ ਉਹ ਦੁਬਾਰਾ ਨਹੀਂ ਹੋ ਸਕਦੀ? ਮੈਂ ਹੈਗੀ ਆ ਨਾ, ਮੈਂ ਤੇਰੀ ਮੰਗਣੀ ਜ਼ਰੂਰ ਕਰਵਾਵਾਂਗੀ, ਪਰ ਇਸ ਟਾਈਮ ਸਹੀ ਟਾਈਮ ਦੇਖ ਕੇ ਕਰਵਾਵਾਂਗੀ। ਅੱਛਾ ਪ੍ਰਭਜੋਤ, ਮੈਂ ਸੌਣ ਲੱਗਾ, ਮੇਰੀ ਕਹੀ ਗੱਲ ਚੇਤੇ ਰੱਖੀ ਤੇ ਸਰਤਾਜ ਨੂੰ ਚੰਗੀ ਤਰ੍ਹਾਂ ਮੇਰੀ ਕਹੀ ਗੱਲ ਸਮਝਾ ਦੀ। ਉਹਨੂੰ ਕਹਿ ਦੇ ਕਿ ਉਹਦੀ ਮੰਗਣੀ ਪੋਸਟਪੋਨ ਹੋਈ ਹੈ, ਕੈਂਸਲ ਨਹੀਂ। ਠੀਕ ਹੈ, ਮੈਂ ਸਮਝਾ ਦੇਵਾਂਗੀ। ਠੀਕ ਹੈ। ਸ਼ੰਮੀ ਜੀ, ਅਸੀਂ ਜਿੰਨਾ ਮਰਜ਼ੀ ਪਲਾਨ ਬਣਾ ਲਈਏ ਪਰ ਸਾਡੇ ਹਰ ਪਲਾਨ ਵਿੱਚ ਤੰਗ ਆਉਣ ਵਾਲੀ ਉਹ ਕਿਰਤ, ਉਹ ਕਦੇ ਹੀ ਮੰਗਣੀ ਹੋਣ ਨਹੀਂ ਦੇਗੀ। ਹੁਣ ਤਾਂ ਉਹਦੇ ਕੋਲ ਮੇਰੇ ਖਿਲਾਫ ਸਬੂਤ ਵੀ ਹੈ। ਜਦੋਂ ਤੱਕ ਉਹ ਸਬੂਤ ਮਿਟ ਨਹੀਂ ਜਾਂਦੇ ਉਦੋਂ ਤੱਕ ਅਸੀਂ ਅਰਸ਼ਪ੍ਰੀਤ ਤੇ ਸਰਤਾਜ ਦੀ ਮੰਗਣੀ ਕਰਨ ਬਾਰੇ ਸੋਚ ਵੀ ਨਹੀਂ ਸਕਦੇ। ਕੀ ਹੋਇਆ ਆਂਟੀ ਜੀ, ਤੁਸੀਂ ਇੰਨੀ ਟੈਨਸ਼ਨ 'ਚ ਕਿਉਂ ਲੱਗ ਰਹੇ ਹੋ? ਜਦੋਂ ਦਾ ਲਵਲੀ ਬੇਬਸ ਦਾ ਐਕਸੀਡੈਂਟ ਹੋਇਆ ਤੁਹਾਨੂੰ ਉਦੋਂ ਦੀ ਨੋਟਿਸ ਕਰ ਰਹੀ ਹਾਂ। ਪਹਿਲਾਂ ਤੁਸੀਂ ਤਾਂ ਮੇਰੀ ਮੰਗਣੀ ਕਰਾਉਣ ਲਈ ਇੰਨੇ ਐਕਸਾਈਟਿਡ ਸੀ ਤੇ ਹੁਣ ਤੁਸੀਂ ਕਹਿ ਰਹੇ ਹੋ ਕਿ ਸਹੀ ਟਾਈਮ ਆਉਣ 'ਤੇ ਮੰਗਣੀ ਕਰਾਂਗੇ। ਕਿਤੇ ਕੋਈ ਇੱਦਾਂ ਦੀ ਗੱਲ ਤਾਂ ਨਹੀਂ ਜੋ ਤੁਸੀਂ ਮੇਰੇ ਤੋਂ ਲੁਕੋ ਰਹੇ ਹੋ? ਜੇ ਕੋਈ ਗੱਲ ਆ ਤਾਂ ਤੁਸੀਂ ਸ਼ੇਅਰ ਕਰ ਸਕਦੇ ਹੋ ਆਂਟੀ ਜੀ। ਹੁਣ ਇਹਨੂੰ ਕਿਵੇਂ ਦੱਸਾਂ? ਇਹੀ ਤਾਂ ਹੈ ਜਿਹਦੇ ਕੋਲ ਮੈਂ ਗੱਲ ਲੁਕੋ ਕੇ ਰੱਖਣੀ ਹੈ। ਜੇ ਕਿਤੇ ਗਲਤੀ ਨਾਲ ਇਹਨੂੰ ਪਤਾ ਲੱਗ ਗਿਆ ਨਾ ਤਾਂ ਇਹ ਮੇਰੀ ਸਭ ਤੋਂ ਵੱਡੀ ਦੁਸ਼ਮਣ ਬਣ ਜਾਏਗੀ। ਜ਼ੀ5 ਐਪ ਡਾਊਨਲੋਡ ਕਰੋ ਤੇ ਵੇਖੋ ਸਾਰੇ ਐਪੀਸੋਡ ਬਿਲਕੁਲ ਫ੍ਰੀ।